बिस्मिल्लाह रहमान रहीम अस अज दरियाए चनाब दे उत्ते आए वदे ते अज अस तुहाकू दसे सो दरियाए चनाब दी क्या क्या खासूसियात हन इत्थों दे जिहड़े लोग हन रहण वाले उन्हां दी क्या क्या मुश्किलात हुंदी हन और उन्हां दा गुजर बसर क्या हुंदा है और किस तरह वो अपना जिंदगी दा गुजारा करेंदे हन। मौसम गर्म है, मेरे नाल इक दोस्त हन, साडे बुजुर्ग हन इत्थों दे, वो चरवाह हन, इन्हां कोलों वी असां अपनी गलबात करी सूं। अस्सलाम वालेकुम चाचा जी, क्या हाल है सही? ठीक ठाक वदे हो? तुहाडी तबीयत से ठीक है? ए तुसा इत्थे जे सामान दियो तुहानू ए मौसम कियो जिया लगदा है? ए जे भीड़ होदे ते जे ठंडा होदे। अच्छा, ए गर्मी ज्यादा इत्थे आंदे हो या सर्दियां च? अच्छा अच्छा, तुहाडी रिहायश इत्थे होंदी है? अच्छा, तुहाडा नाम क्या है? सही नाम है और फलकू ते चाचा फलकू साहब भी सुनाओ ठीक ठाक हो दियो। ए तुहाडी बेड़ा ते बकरी हैं इना ते नाल तुसा गुजारा करेंदे हो? बी एस लाओ तुहाडी कोई जमीन शमीन नहीं है? वाह जो ये भाई कादर दिखाया नहीं। अच्छा अच्छा, ते तुहाडा जिहड़ा जिंदगी दा गुजर बसर है ओ इनान दा इंधन नाल हुंदा है? अच्छा, ते घर दा निजाम जिहड़ा है ओ चालवें दा इना नाल? अच्छा अच्छा लोग ਉਹ ਬੇੜਾ ਬੱਕਰੀਆਂ ਦਾ ਦੁੱਧ ਜਿਹੜਾ ਹੁੰਦਾ ਉਹ ਵੀ ਜ਼ਿਆਦਾ ਇਸਤੇਮਾਲ ਕਰਦੇ ਨੇ ਜਿਹੜੇ, ਜਦਕਿ ਸ਼ਹਿਰੀ ਜਿਹੜੇ ਹੁੰਦੇ ਨੇ ਉਹ ਸ਼ਾਇਦ ਉਹ ਪਸੰਦ ਨਹੀਂ ਕਰਦੇ। ਤਾਂ ਮੈਂ ਕੋਈ ਦੱਸੋ ਕਿ ਜਿਹੜਾ ਬੇੜਾ ਦਾ ਦੁੱਧ ਹੁੰਦਾ ਉਹਦੇ 'ਚ ਕਿਤਨੀ ਤਾਕਤ ਹੁੰਦੀ ਹੈ? ਹਾਜ਼ਰ ਬੜੀ ਤਾਕਤ ਹੈ ਅਲੱਗ ਕਰਾ ਨਹੀਂ ਪਏ ਬੇੜੇ ਦੇ ਦੁੱਧ ਲੜੇ ਜੀ ਵੇਖਣਾ। ਅੱਛਾ, ਅੱਛਾ ਫਲਕੋ ਆਦਾ ਹੈ ਕਿ ਜਿਹੜਾ ਬੇੜਾ ਦਾ ਦੁੱਧ ਹੁੰਦਾ ਹੈ ਇਹਦੇ 'ਚ ਬੜੀ ਤਾਕਤ ਹੁੰਦੀ ਹੈ ਔਰ ਇਹ ਮਰਦਾਂ ਦਾ ਤਾਕਤ ਹੈ। ਇਹ ਜਿਸ ਟਾਈਮ ਇੱਥੇ ਸੈਲਾਬ ਆਉਂਦਾ ਹੈ ਤੇ ਵਾਲ ਤੁਸੀਂ ਇਹ ਡੋਰਾਂ ਨੂੰ ਕਿੱਥਾਂ ਲੈ ਕੇ ਵੈਂਦੇ ਹੋ? ਪਰਾਂ ਨਿਕਲ ਵੈਂਦੇ। ਅੱਛਾ, ਪਰਾਂ ਚਲੇ ਵੈਂਦੇ। ਅੱਛਾ, ਦੇਦਾਰ ਬੈਠੇ ਤਾਂ ਮਲ ਮੁਸ਼ਕਲਾਂ ਆਂਦੀਆਂ ਹੁੰਦੀਆਂ ਤਾਂ ਕੋ ਨਾ ਚਲੇ ਦੇ। ਅੱਛਾ ਅੱਛਾ, ਦੁਆਰਾ ਖਰਾਬ ਨਾ ਹੋ ਮੈਂ ਦੇਖਾਂ ਕੋਈ ਆਈਟਮ ਮੱਲੇ ਕਾ ਵਾਰਾ। ਅੱਛਾ, ਕਿੰਨਾ ਬੁੱਢਾ ਵਾ ਲੱਗਾ ਹੋਈ। ਅੱਛਾ, ਇਹਨਾਂ ਦਾ ਦੁੱਧ ਜਿਹੜਾ ਡੋ ਕੇ ਤੇ ਤੁਸੀਂ ਵੇਚਦੇ ਹੋ ਜਾਂ ਕੀ ਕਰਦੇ ਹੋ? ਬੇੜਾਂ ਦੇ ਛਿੱਕੀਆਂ ਠੀਕ। ਨਾਜ਼ਰੀਨ, ਅੱਜ ਅਸਾਂ ਚਾਚਾ ਫਲਕ ਸ਼ੇਰ ਨਾਲ ਗੱਪ ਸ਼ਪ ਕਰਦੇ ਪਿਆਸੇ। ਇਹ ਆਪਣੇ ਹਾਲਾਤ ਜ਼ਿੰਦਗੀ ਦੇ ਬਾਰੇ ਦੱਸਦੇ ਪਏ ਹਨ ਕਿ ਜਿਸ ਟਾਈਮ ਸੈਲਾਬ ਆਉਂਦਾ ਸਾਡੇ ਨਾਲ ਕਿਆ ਮੁਸ਼ਕਿਲਾਂ ਆਉਂਦੀਆਂ, ਵੱਲ ਉਸ ਤੋਂ ਬਾਅਦ ਸੈਲਾਬ ਚਲਾ ਵੈਂਦਾ ਵੱਲ ਸਾਡੇ ਵਾਸਤੇ ਕਿਆ ਕਿਆ ਮੁਸ਼ਕਿਲਾਂ ਹੁੰਦੀਆਂ। ਨਾਜ਼ਰੀਨ, ਇਹ ਵੀ ਦੱਸਦੇ ਪਏ ਹਨ ਕਿ ਸਾਡਾ ਇੱਥੋਂ ਦਾ ਜਿਹੜਾ ਦਿਹਾਤੀ ਗੁਜ਼ਰ ਬਸਰ ਹੈ ਉਹ ਅਸਾਂ ਕਿਵੇਂ ਕਰਦੇ ਹਾਂ, ਗਰਮੀਆਂ ਆਉਣ ਦੇ ਵੱਲ ਕਿਆ ਮੁਸ਼ਕਿਲਾਂ ਹੁੰਦੀਆਂ, ਸਰਦੀਆਂ ਆਉਣ ਦੇ ਵੱਲ ਕਿਆ ਮੁਸ਼ਕਿਲਾਂ ਹੁੰਦੀਆਂ। ਇਹ ਇਹਨਾਂ ਦਾ ਸਿਰਫ ਜ਼ਿੰਦਗੀ ਜਿਹੜੀ ਹੈ ਇਨਾਮ ਦੇ ਨਾਲ ਗੁਜ਼ਰਦੀ ਹੈ ਇਹਨਾਂ ਜਾਨਵਰਾਂ ਨਾਲ। ਅਤੇ ਅੱਜ ਅਸਾਂ ਆਪਣੀ ਵੀਡੀਓ ਦਾ ਅਖਤਤਾਮ ਕਰਦੇ ਹਾਂ।